देखो श्रोमणी अकाली दल हमेशा पंजाब की अमन शांति से भाईचारे सांझ का एक सबूत रहा है। बादल साहब पांच बारी मुख्यमंत्री बने ने, इस लंबे चिर च कोई एहोजा वर्ग पंजाब च नहीं जेड़ा नहीं कहता कि बादल साहब साडे अपने ने, श्रोमणी अकाली दल साडी अपनी है, भावे गरीब हो जिन्हां वास्ते सब तो वध जे सहूलतां दित्तियां, जे उस वर्ग नूं उपर चक्कण की कोशिश की बादल साहब ने दित्तियां। नौकरियां की गल करिए, सरकारी भर्तियां सब तो वध बादल साहब के समय च हुई। किसानां की गल करिए, तो किसानां दा मसीहा भाई कहा जाता हुआ कि बिजली पानी मुफ्त करना या फिर लगाना, जो कुछ दिता किसानां नूं सरकार बादल दी देण। जे धर्म वालों देखा जाए तो फिर भावे दुर्गियाना मंदिर की सुंदरीकरण जिथे करोड़ा रुपए लगा के उथे खर्चा किया, या भगवान वाल्मीकि जी का स्थान बनाया, या फिर दरबार साहब की सुंदरीकरण की, कोलारगढ़ चे किया, जो भी बादल साहब ने किया, हरेक वर्ग का त्योहार उन्होंने अपना त्योहार समझ के मनाया, क्योंकि अभी गुरु साहब ने दिखाए हुए रास्ते चे एक पिता एक के हम साडे वास्ते साडे गुरु ने सिखाया जात पात धर्म कुछ नहीं, सब एक ही पिता होंगे, सारिया की जात एक हैगी। ये साडे गुरु ने दिखाए हुए रास्ते ते चलते हुए बादल साहब ने हमेशा पंजाब नूं एक करके रखिया, ताही बादल साहब के समय च पंजाब की तरक्की हुई, विकास होया। अज दुख की गल आ है कि जिहड़ी पार्टियां ने झूठे झासे झूठियां कसमां गुटका साहब की खा के लोगों नूं झूठे लारे दे के जिन्हां ने सरकार बनाई सी, उन्हां ने लोगों को भुल के अज पंजाब च इहो जिहे हालात पैदा करते कि हरेक वर्ग सड़क ते उतरिया होया, हरेक वर्ग औखा है, जिदे करके अकाली दल नूं महसूस होया कि साडे पंजाब नूं इह काली निगाह इह पार्टियां ने की कित्थे जाके खड़ा करता हैगा, जिदे करके उह पार्टियां जिन्हां दा पंजाब दा कोई लैणा देणा नहीं हैगा बाहरले सूबियां ते जिथे उन्हां दा राजभाग हैगा, अज पंजाब च कब्जा करन वास्ते होर वड्डे वड्डे झूठ मार रहे ने। साडे पंजाब नूं सब तो पहले एक रखण दी लोड़ है, पंजाब नूं पंजाबियां दी पार्टी दी लोड़ है, इहो जी पार्टी जिथे हरेक नूं महसूस होया मेरी पार्टी हैगी, ਇਹਦੇ ਵਿੱਚ ਮੇਰੀ ਨੁਮਾਇੰਦਗੀ ਹੈਗੀ, ਮੇਰੀ ਸ਼ਮੂਲੀਅਤ ਹੈਗੀ, ਜਿਹਦੇ ਕਰਕੇ ਅਸੀਂ ਪਹਿਲੇ ਪਸਵਾ ਦੇ ਨਾਲ ਆਪਣਾ ਸਮਝੌਤਾ ਕੀਤਾ ਤਾਂ ਕਿ ਸਾਡੇ ਗਰੀਬ ਵਰਗ ਨੂੰ ਵੀ ਸਰਕਾਰ ਦਾ ਹਿੱਸਾ ਮਿਲੇ। ਉਹਦੇ ਬਾਅਦ ਅਸੀਂ ਹੁਣ ਜਿੱਥੇ ਗਰੀਬ ਵਰਗ ਦੇ ਡਿਪਟੀ ਸੀਐਮ ਦਾ ਐਲਾਨ ਕੀਤਾ, ਉਹਦੇ ਬਾਅਦ ਸਾਡੇ ਹਿੰਦੂ ਭਾਈਚਾਰਾ ਸਾਨੂੰ ਮਹਿਸੂਸ ਹੋਇਆ ਕਿ ਇਹ ਵੀ ਸਾਡੇ ਇੰਨੇ ਹੀ ਅਜ਼ੀਜ਼ ਨੇ, ਇਹ ਨਾ ਮਹਿਸੂਸ ਕਰਨ ਕਿ ਗਰੀਬਾਂ ਜਾਂ ਜੱਟਾਂ ਦੀ ਸਰਕਾਰ ਸਾਡੇ ਹਿੰਦੂ ਭਾਈਚਾਰੇ ਨੂੰ ਇਸ ਅਮਨ ਸ਼ਾਂਤੀ ਨੂੰ ਉਹਨਾਂ ਨੂੰ ਸਿਕਿਉਰਿਟੀ ਦੇਣ ਵਾਸਤੇ ਉਹਨਾਂ ਨੂੰ ਮਹਿਸੂਸ ਕਰਾਉਣ ਵਾਸਤੇ ਅਕਾਲੀ ਦਲ ਤੁਹਾਡਾ ਵਾਸਤੇ ਉਨਾ ਹੀ ਤੁਹਾਡੀ ਪੀੜਾ ਨੂੰ ਸਮਝਦਾ ਜਿਹਨੇ ਕਿਸੇ ਹੋਰ ਵਰਗ ਦਾ। ਅਸੀਂ ਡਿਪਟੀ ਸੀਐਮ ਹਿੰਦੂ ਸਮਾਜ ਦਾ ਵੀ ਐਲਾਨ ਕੀਤਾ ਕਿ ਸਾਰਿਆਂ ਦਾ ਪੰਜਾਬ ਹੈ, ਬਰਾਬਰ ਦਾ ਪੰਜਾਬ ਹੈ, ਤੇ ਸਾਰਿਆਂ ਦੀ ਦੁੱਖ ਤਕਲੀਫਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੋਲਵ ਕਰੂਗੀ। ਮੈਡਮ ਮੁੱਖ ਮੰਤਰੀ ਪੰਜਾਬ ਵੱਲੋਂ ਕੱਲ ਕਿਹਾ ਗਿਆ ਕਿ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ ਕਿਸਾਨੀ ਮੁੱਦੇ ਤੇ, ਕਿਵੇਂ ਦੇਖਦੇ ਹੋ? ਕਾਸ਼ ਕੈਪਟਨ ਸਾਹਿਬ ਨੇ ਮੇਰੇ ਐਡਜੋਰਮੈਂਟ ਮੋਸ਼ਨ ਲਾ ਦੇ ਐਲਾਨ ਤੋਂ ਪਹਿਲੇ ਇਹ ਗੱਲ ਕਹੀ ਹੁੰਦੀ, ਲੇਕਿਨ ਚੰਗਾ ਹੈ ਕਿ ਉਹਨਾਂ ਨੇ ਹੁਣ ਵੀ ਕਹਿਤਾ। ਮੈਂ ਉਹਨਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਜਿਵੇਂ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਡਜੋਰਮੈਂਟ ਮੋਸ਼ਨ ਲੈ ਕੇ ਆਊਗਾ ਪਹਿਲੇ ਦਿਨ, ਕਿ ਸਾਰੇ ਬਾਕੀ ਕੰਮਕਾਜ ਬੰਦ ਕਰਕੇ ਪਹਿਲੇ ਕਿਸਾਨਾਂ ਦਾ ਮੁੱਦਾ ਹੱਲ ਕੀਤਾ ਜਾਏ, ਕਾਲੇ ਕਾਨੂੰਨ ਵਾਪਸ ਕੀਤੇ ਜਾਏ। ਅੱਜ ਮੈਂ ਕੈਪਟਨ ਸਾਹਿਬ ਨੂੰ ਕਹਿੰਦੀ ਕਿ ਇਕੱਲੇ ਗੱਲਾਂ ਦੇ ਨਾਲ ਸਾਢੇ ਚਾਰ ਸਾਲ ਤੁਸੀਂ ਗੱਲਾਂ ਹੀ ਸੁਣਾਈਆਂ ਨੇ, ਜੇ ਤੁਸੀਂ ਸੀਰੀਅਸ ਹੋ। ਮੈਂ ਅਪੀਲ ਕੀਤੀ ਸੀ ਕਿ ਹਰ ਪਾਰਟੀ ਆਪਣੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਮੁੱਦੇ ਚ ਇੱਕ ਪਲੈਟਫਾਰਮ ਚ, ਕਿਸਾਨ ਵੀ ਆਹੀ ਚਾਹੁੰਦੇ ਨੇ, ਤੁਸੀਂ ਸਾਡੇ ਐਡਜੋਰਮੈਂਟ ਮੋਸ਼ਨ ਦਾ ਹਿੱਸਾ ਬਣੋ। ਜਿੱਥੇ ਦੂਜੀ ਪਾਰਟੀਆਂ ਭਾਵੇਂ ਸ਼ਿਵ ਸੈਨਾ ਹੋਏ ਭਾਵੇਂ DMK ਹੋਏ, ਕਈ ਨੈਸ਼ਨਲ ਪਾਰਟੀ ਸਾਡਾ ਸਾਥ ਦੇ ਰਹੀਆਂ ਨੇ, ਘੱਟ ਤੋਂ ਘੱਟ ਕਾਂਗਰਸ ਪਾਰਟੀ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ ਪਾਰਲੀਮੈਂਟ ਚ, ਕੈਪਟਨ ਸਾਹਿਬ ਉਹਨਾਂ ਨੂੰ ਕਹਿਣ ਕਿ ਅਕਾਲੀ ਦਲ ਦੇ ਐਡਜੋਰਮੈਂਟ ਮੋਸ਼ਨ ਦਾ ਹਿੱਸਾ ਬਣੋ, ਆਮ ਆਦਮੀ ਪਾਰਟੀ ਕਹੇ ਫਿਰ ਤਾਂ ਮੈਂ ਮੰਨਾਂ, ਨਹੀਂ ਤਾਂ ਇਕੱਲੇ ਸਿਆਸਤ ਹੈਗੇ ਤੇ ਇਕੱਲੇ ਗੱਲਾਂ। ਮੈਮ ਇੱਕ ਵੀਡੀਓ ਵਾਇਰਲ ਹੋ ਰਿਹਾ ਨਵੀਂ ਦਿੱਲੀ ਮੁਖ ਵੱਲੋਂ ਦਲਿਤ ਸਮਾਜ ਨੂੰ ਝੂਠਾ ਸੁਣਿਆ ਬੋਲਿਆ ਜਾ ਰਿਹਾ ਜੀ, ਤੁਸੀਂ ਕੀ ਪ੍ਰਤੀਕਿਰਿਆ ਦਿਓਗੇ? ਬੜੀ ਮੈਨੂੰ ਤਾਂ ਸੁਣ ਕੇ ਬੜੀ ਦੁੱਖ ਤੇ ਹੈਰਾਨਗੀ ਹੋ ਰਹੀ ਹੈ ਕਿ ਜਿਸ ਗੁਰੂਆਂ ਪੀਰਾਂ ਦੇ ਧਰਤੀ ਚ ਆਪਾਂ ਵਸਦੇ ਹਾਂ ਤੇ ਇਹ ਵੀ ਵਸਦੇ ਹਾਂ, ਉਹਨਾਂ ਗੁਰੂਆਂ ਦੀ ਸਿੱਖਿਆ ਕੀ ਹੈਗੀ? ਏਕ ਪਿਤਾ ਏਕਸ ਕੇ ਹਮ ਵਰਗ, ਮਾਨਸ ਕੀ ਜਾਤ ਏਕ ਹੀ ਹੈਗੀ, ਸਾਰੇ ਏਕ ਹੈਗਾ, ਸਾਡਾ ਪਿਤਾ ਵੀ ਏਕ ਹੈਗਾ। ਜਿਸ ਗੁਰੂ ਨੇ ਆਹ ਸਿਖਾਇਆ ਹੈਗਾ ਉੱਥੇ ਤੁਸੀਂ ਇਸ ਤਰ੍ਹਾਂ ਦੀ ਗੱਲਾਂ ਕਰੋ ਜਾਂ ਜਾਤ ਪਾਤ ਦੀ ਗੱਲਾਂ ਕਰੋ, ਜਿਸ ਜਾਤ ਪਾਤ ਨੂੰ ਮਿਟਾਉਣ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਾਰਾ ਕੁਛ ਮਾਰਤਾ, ਇਸ ਤੋਂ ਹੋਰ ਦੁੱਖ ਦੀ ਗੱਲ ਕੀ ਹੋ ਸੀ? ਇਹਨਾਂ ਦੀ ਮਾਨਸਿਕਤਾ ਨੂੰ ਦ੍ਰਿਸ਼ਟਾਂਦੀ ਹੈਗੀ। ਪੰਜਾਬ
ਪੰਜਾਬ ਦਾ ਮਾਹੌਲ ਖਰਾਬ ਕਰਦੀ ਹੈ, ਪੰਜਾਬ ਦੇ ਗਰੀਬਾਂ ਨੂੰ ਬੇਇੱਜ਼ਤ ਕਰਦੀ ਹੈ ਤੇ ਇਹ ਕਾਂਗਰਸ ਪਾਰਟੀ ਦਾ ਇਤਿਹਾਸ ਰਿਹਾ ਹੈਗਾ ਜਿਨ੍ਹਾਂ ਨੇ ਦਰਬਾਰ ਸਾਹਿਬ 'ਚ ਹਮਲੇ ਕੀਤੇ, ਜਿਨ੍ਹਾਂ ਨੇ ਇਹੋ ਜਿਹੀ ਗੱਲਾਂ ਅੱਜ ਵੀ ਉਹ ਗੱਲ ਕਰ ਰਹੇ ਨੇ ਤੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਆ ਪਾਰਟੀ ਨੇ ਕੁਝ ਇਹਦੇ ਬਾਰੇ ਨਹੀਂ ਕਿਹਾ, ਇਹਨਾਂ ਨੂੰ ਖੰਡਨ ਨਹੀਂ ਕੀਤਾ। ਇਹ ਸਿੱਧੇ ਤੌਰ ਤੇ ਦਰਸਾਉਂਦਾ ਹੈ ਕਿ ਸਾਡੇ ਗਰੀਬਾਂ ਬਾਰੇ, ਸਾਡੇ ਦਲਿਤ ਭਾਈਚਾਰਾ ਜਿੱਥੇ ਗੁਰੂ ਰਗਰੇਟਾ ਗੁਰੂ ਦਾ ਬੇਟਾ ਗੁਰੂ ਸਾਹਿਬ ਨੇ ਕਿਹਾ, ਉਹ ਕਾਂਗਰਸ ਪਾਰਟੀ ਇਸ ਬੇਟੇ ਬਾਰੇ ਕੀ ਸੋਚਦੀ ਹੈ, ਇਹ ਸ਼ਬਦਾਵਲੀ ਉਸ ਗੱਲ ਨੂੰ ਨਵਜੋਤ ਸਿੰਘ ਦੀ ਵਿਸ਼ੇਸ਼ ਤੌਰ ਤੇ ਗੱਲ ਕਰੀਏ ਤਾਂ ਹਰ ਪਾਸੇ ਕਿਸੇ ਲੀਡਰ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ, ਲੇਕਿਨ ਜਿਸ ਗੱਲ ਦਾ ਦੁੱਖ ਮੈਨੂੰ ਹੁੰਦਾ ਹੈ ਕਿ ਅੱਜ ਹਰ ਵਰਗ ਸੜਕਾਂ ਤੇ ਉਤਰਿਆ ਹੋਇਆ ਹੈ, ਹਰ ਵਰਗ ਦੁਖੀ ਹੈਗਾ ਤੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਇਸ ਪੰਜਾਬ ਦੇ ਲੋਕਾਂ ਨੇ ਉਹ ਦੁੱਖ ਨੂੰ ਦੂਰ ਕਰਨ ਵਾਸਤੇ ਉਹ ਲੋਕਾਂ ਦੇ ਵਿੱਚ ਨਹੀਂ ਨਜ਼ਰ ਆ ਰਹੇ, ਲੋਕਾਂ ਦੀ ਤਕਲੀਫਾਂ ਦੂਰ ਕਰਨ ਦੀ ਲੜਾਈ ਲੜਦੇ ਹੋਏ ਨਹੀਂ ਨਜ਼ਰ ਆ ਰਹੇ, ਉਹ ਕੱਲੇ ਮੁੱਖ ਮੰਤਰੀ ਦੀ ਕੁਰਸੀ 'ਚ ਮੈਂ ਬੈਠੂ ਮੈਂ ਬੈਠੂ ਮੈਂ ਬੈਠੂ ਅੱਜ ਪੰਜਾਬ ਨੂੰ ਭੁੱਲ ਕੇ ਇਹ ਆਪ ਦੀ ਕੁਰਸੀ ਤੇ ਲੜਾਈ ਵਿੱਚ ਲੱਗੇ ਹੋਏ ਨੇ। ਇਹ ਦਿਖਦਾ ਹੈਗਾ ਕਿ ਇਹ ਕਾਂਗਰਸ ਪਾਰਟੀ ਲੋਕਾਂ ਪ੍ਰਤੀ ਕਿੰਨੀ ਸਮਰਪਿਤ ਹੈਗੀ, ਜਿਨ੍ਹਾਂ ਨੂੰ ਝੂਠੇ ਨਾਰੇ ਝੂਠੇ ਵਾਅਦੇ ਤੇ ਜਦ ਝੂਠੇ ਨਾਰੇ ਲਾਏ ਜਾ ਰਹੇ ਸੀਗੇ, ਇਹ ਜਿੰਨੇ ਵੀ ਅੱਜ ਲੜ ਰਹੇ ਨੇ ਨਾ, ਇਹਨਾਂ ਝੂਠੇ ਨਾਰਿਆਂ ਤੇ ਵਾਅਦਿਆਂ ਤੇ ਕਸਮਾਂ ਦੇ ਸਿਰਾਂ 'ਚ ਇਹਨਾਂ ਨੇ ਵੋਟਾਂ ਮੰਗੀਆਂ ਸੀ, ਆਹ ਸਾਰੇ ਬਰਾਬਰ ਦੇ ਭਾਗੀਦਾਰ ਨੇ। ਹੁਣ ਜਦ ਕੁਰਸੀ ਖਿਸਕਦੀ ਹੋਈ ਦਿਖ ਰਹੀ ਹੈ ਤੇ ਫਿਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾ ਰਹੇ ਨੇ, ਪਰਮਾਤਮਾ ਦੇ ਚਰਨਾਂ 'ਚ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਤੇ ਜਿਨ੍ਹਾਂ ਨੇ ਸਿਆਸਤ ਖੇਡੀ ਉਹਨਾਂ ਦਾ ਕੱਖ ਨਾ ਰਹੇ, ਇਸ ਪਾਰਟੀ ਦਾ ਕੱਖ ਨਾ ਰਹੇ। ਬਿਜਲੀ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ, ਰੋਪੜ ਤੋਂ ਬੰਦ ਹੋਣ ਲੈਣਾ ਮੁਹੱਬਤ ਵੀ ਯੂਨਿਟ ਬੰਦ ਹੋ ਗਿਆ, ਕਿਵੇਂ ਦੇਖਦੇ ਨੇ? ਤਾਹੀ ਮੈਂ ਕਹਿ ਰਹੀ ਹਾਂ ਕਿ ਲੋਕੀ ਬੇਹਾਲ ਨੇ, ਬਿਜਲੀ ਦਾ ਸੰਕਟ ਅੱਡ, ਕੋਵਿਡ ਦਾ ਸੰਕਟ ਅੱਡ, ਗਰੀਬਾਂ ਦੁਕਾਨਦਾਰਾਂ ਦੀ, ਇੰਪਲੋਈਜ਼ ਦੀ, ਇੰਡਸਟਰੀ ਦੀ, ਸਾਰਿਆਂ ਦੇ ਸੰਕਟ ਅੱਡ ਤੇ ਇੱਥੇ ਇਹਨਾਂ ਚੀਜ਼ਾਂ ਦੇ ਬਾਰੇ ਲੜਨ ਦੇ ਬਜਾਏ ਕਿ ਬਿਜਲੀ ਮਹਿਕਮਾ ਮੈਨੂੰ ਦਿਓ, ਮੈਂ ਬਿਜਲੀ ਦਾ ਸੰਕਟ ਦੂਰ ਕਰਾਂ, ਸਾਰੇ ਤਾਂ ਦਿੱਲੀ ਬੈਠੇ ਹੋਏ ਨੇ, ਦਿੱਲੀ ਭੱਜ ਕੇ ਆਪ ਦੀ ਕੁਰਸੀ ਦੀ ਲੜਾਈ ਲੜਦੇ ਨੇ, ਲੋਕਾਂ ਦੀ ਲੜਾਈ ਕੌਣ ਲੜ ਰਿਹਾ ਹੈ? ਲੋਕਾਂ ਦੀ ਤਕਲੀਫਾਂ ਹੈ, ਜਿਹੜੇ ਬਿਜਲੀ ਦੇ ਨਾਲ ਇੰਡਸਟਰੀ ਬੰਦ ਹੋ ਗਈ, ਜਿਨ੍ਹਾਂ ਦਾ ਧੰਦਾ ਠੱਪ ਹੋ ਰਿਹਾ ਹੈ, ਉਹਨਾਂ ਦਾ ਕੌਣ ਸੁਧਾਰ ਕਰ ਰਿਹਾ, ਉਹ ਕੌਣ ਹੱਲ ਕਰ ਰਿਹਾ ਹੈ? ਜਿਹੜੇ ਅੱਜ ਕਿਸਾਨਾਂ ਨੂੰ ਬਿਜਲੀ ਨਹੀਂ ਮਿਲ ਰਹੀ, ਉਹਨਾਂ ਦਾ ਹੱਲ ਕੌਣ ਕਰ ਰਿਹਾ ਹੈਗਾ? ਅੱਜ ਲੋਕਾਂ ਦੀ ਤਕਲੀਫਾਂ ਦਾ ਹੱਲ ਕੌਣ ਕਰ ਰਿਹਾ ਹੈ? ਜਿਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਜਿਹੜੀ ਚੁਣੀ ਗਈ ਹੈਗੀ ਹੈ ਹੱਲ ਕਰਨ ਵਾਸਤੇ, ਉਹ ਤਾਂ ਕੁਰਸੀ ਦੀ ਲੜਾਈ ਚ ਲੱਗੀ ਹੋਈ ਹੈ। ਜਿਹੜੀ ਵੀ ਪੇ ਕਮਿਸ਼ਨ ਲਾਗੂ ਪੰਜਾਬ 'ਚ ਹੋਈ ਹੈ, ਹਮੇਸ਼ਾ ਸਾਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ। ਇਸ ਸਰਕਾਰ ਨੇ ਜਿੰਨਾ ਬੁਰਾ ਹਾਲ ਇੰਪਲੋਈਜ਼ ਦਾ ਕੀਤਾ, 6ਵੇਂ ਪੇ ਕਮਿਸ਼ਨ ਲਾਗੂ ਤਾਂ ਕੀ ਕਰਦੇ, ਹੁਣ ਤਾਂ ਸਖ਼ਤੀ ਵੀ ਆ ਗਈ, ਉਹ ਛੱਡੋ, ਬਲਕਿ ਲਾਏ ਲਾਉਣ ਵਾਸਤੇ ਵਿੱਤ ਮੰਤਰੀ ਸਾਹਿਬ ਕਹਿੰਦੇ ਲਾਗੂ ਹੋਊਗਾ, ਲੇਕਿਨ ਅਗਸਤ ਦੇ ਮਹੀਨੇ ਤੋਂ ਲਾਗੂ ਹੋਊਗਾ। ਵੀ ਤੁਸੀਂ ਲਾਗੂ ਕਰਨਾ ਤਾਂ ਹੁਣ ਕਿਉਂ ਨਹੀਂ ਕਰਦੇ? ਲਾਗੂ ਤਾਂ ਕੀ ਕਰਨੀ, ਇਹਨੇ ਇੰਪਲੋਈਜ਼ ਦੀ ਜਿੰਨੀ ਸਹੂਲਤਾਂ ਇਹਨਾਂ ਨੇ ਇੰਪਲੋਈਜ਼ ਨੂੰ ਖੋਹ ਲਿੱਤੀਆਂ ਨੇ, ਭਾਵੇਂ DA ਦੀ ਗੱਲ ਕਰ ਲੈ, ਭਾਵੇਂ 200-200 ਰੁਪਏ ਹਰ ਮਹੀਨੇ ਇਹਨਾਂ ਦੇ ਜਿਹੜੇ ਕੱਟ ਲਾਤੇ ਖਜ਼ਾਨੇ ਨੂੰ ਭਰਨ ਵਾਸਤੇ, ਇੱਕ ਪਾਸੇ ਉਸ ਖਜ਼ਾਨੇ ਨੂੰ ਲੁੱਟੀ ਜਾ ਰਹੇ ਨੇ, ਕਦੇ ਰੇਤਾ, ਕਦੇ ਬਜਰੀ, ਕਦੇ ਸ਼ਰਾਬ, ਕਦੇ ਨਸ਼ਾ, ਹਰ ਪੱਖੋਂ ਉਸ ਖਜ਼ਾਨੇ ਨੂੰ ਲੁੱਟ ਰਹੇ ਨੇ, ਲੇਕਿਨ ਵਿਚਾਰੇ ਇੰਪਲੋਈਜ਼ ਦੀ ਤਨਖਾਹ ਕੱਟ ਕੱਟ ਕੇ ਖਜ਼ਾਨੇ ਭਰ ਕੇ ਆਪ ਵੀ ਜੀਤਾ ਭਰਨ ਦਾ ਜਿਹੜਾ ਕੰਮ ਕਰਦੇ ਨੇ, ਇਹ ਸਰਕਾਰ ਤਾਂ ਹੀ ਹਰੇਕ ਵਾਰ ਇਹ ਸਰਕਾਰ ਤੋਂ ਮੁਖੀ ਹੈ। ਮੈਡਮ, ਪੰਜਾਬ ਸਰਕਾਰ ਜੋ ਸਰਕਾਰੀ ਹਸਪਤਾਲ ਵਿੱਚ ਲੈਬੋਰੇਟਰੀ ਚੱਲਦੀਆਂ ਨੇ, ਇਹਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਜਾ ਰਹੀ ਹੈ, ਜਿਸ ਨੂੰ ਲੈ ਕੇ ਡਾਕਟਰ ਸਾਹਿਬ ਜੋ ਲੈਬ ਅਟੈਂਡੈਂਟ ਨੇ ਬਹੁਤ ਜ਼ਿਆਦਾ ਪਰੇਸ਼ਾਨ ਨੇ, ਇਸ ਬਾਰੇ ਜੇਕਰ ਕੁਛ ਹੁੰਦਾ ਤੁਹਾਡੀ ਸਰਕਾਰ ਕੀ ਰੋਗਾਂ ਨਾਲ ਸਮੇਂ ਵਿੱਚ? ਮੈਂ ਕਿਹਾ ਕਿ ਕੋਈ ਫਰਕ ਨਹੀਂ, ਤੁਸੀਂ ਟੀਚਰ ਦੇਖ ਲਓ, ਤੁਸੀਂ ਡਾਕਟਰ ਦੇਖ ਲਓ, ਤੁਸੀਂ ਗਰੀਬ ਦੇਖ ਲਓ, ਤੁਸੀਂ ਕਿਸਾਨ ਦੇਖ ਲਓ, ਤੁਸੀਂ ਮਜ਼ਦੂਰ ਦੇਖ ਲਓ, ਹਰ ਵਰਗ ਸੜਕਾਂ 'ਚ ਉਤਰਿਆ ਹੋਇਆ ਇਹਨਾਂ ਦੀ ਪਾਲਿਸੀਆਂ ਕਰਕੇ। ਅੱਜ ਤੁਸੀਂ ਡਾਕਟਰਾਂ ਦੀ ਗੱਲ ਕੀਤੀ ਹੈਗੀ, ਟੀਚਰਾਂ ਨੂੰ ਦੇਖੋ ਕਿਵੇਂ ਕੁੱਟਕੁੱਟ ਮਾਰ, ਜੋ ਆਪਣੀ ਤਕਲੀਫ ਦੱਸਣ ਦੀ ਕੋਸ਼ਿਸ਼ ਕਰਦਾ ਇਹਨਾਂ ਨੂੰ ਉਹਦੇ ਵਾਅਦੇ ਯਾਦ ਦਿਲਾਉਂਦਾ, ਉਹਨਾਂ ਤੋਂ ਕੁੱਟਮਾਰ ਕਰਕੇ ਉਹਨਾਂ ਖੂਨੋ ਖੂਨ ਕਰ ਦਿੰਦੇ ਨੇ। ਸੋ ਇਹ ਸਰਕਾਰ ਬਿਲਕੁਲ ਪੂਰੀ ਤਰ੍ਹਾਂ ਤੋਂ ਫੇਲ ਹੋ ਚੁੱਕੀ ਹੈ। ਡਾਕਟਰ ਹੋਏ, ਟੀਚਰ ਹੋ, ਡਾਕਟਰਾਂ ਦੀ ਆਪਾਂ ਗੱਲ ਕਰਦੇ, ਤੁਸੀਂ ਕਹਿੰਦੇ ਡਾਕਟਰਾਂ ਨੂੰ ਉਹਨਾਂ ਦੇ ਪ੍ਰਾਈਵੇਟ ਹੱਥਾਂ 'ਚ ਦੇ ਰਹੇ, ਜਿਹੜਾ ਬੰਦਾ ਲੋਕਾਂ ਦੀ ਮੁਫ਼ਤ ਦੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਲੋਕ ਆਪਣੇ ਮੰਤਰੀ ਆਪਣੀ ਜੇਬਾਂ ਭਰ ਸਕਦੇ, ਤੇ ਚੀਫ ਸੈਕਟਰੀ ਇਹੋ ਜਿਹਾ ਐਲਾਨ ਕਰਕੇ ਸੋਸ਼ਲ ਮੀਡੀਆ 'ਚ ਪਾ ਕੇ ਕਰਕੇ ਸਰਕਾਰੀ ਨਹੀਂ ਤੁਸੀਂ ਪ੍ਰਾਈਵੇਟ ਹਸਪਤਾਲਾਂ, ਕੀ ਐਕਸ਼ਨ ਦਿੱਤਾ ਗਿਆ ਮੰਤਰੀ ਦੇ ਖਿਲਾਫ, ਉਸ ਅਫਸਰ ਦੇ ਖਿਲਾਫ? ਇਹਦਾ ਮਤਲਬ ਕੈਪਟਨ ਸਾਹਿਬ ਦੀ ਮਿਲੀ ਭੁਗਤ, ਪੂਰੇ ਕਾਂਗਰਸ ਪਾਰਟੀ ਦੀ ਮਿਲੀ ਭੁਗਤ ਦੇ ਨਾਲ ਹਰ ਸਰਕਾਰੀ ਚੀਜ਼ ਨੂੰ ਵੇਚਿਆ ਜਾ ਰਿਹਾ, ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ, ਕਿਉਂਕਿ ਉਹਦੇ ਵਿੱਚ ਇਹ ਪੈਸਾ ਕਮਾਉਣਾ ਚਾਹੀਦਾ। ਜੇ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਕਾਂਗਰਸ ਪਾਰਟੀ ਪੰਜਾਬ 'ਚ ਦੋ ਫਾੜ ਹੋ ਜਾਂਦੀ, ਤੁਸੀਂ ਕੀ ਕਹਿੰਦੇ ਹੋ? ਜੇ ਕਮਾਂਡ ਦੇ ਕੋਲ ਭੱਜ ਕੇ ਜਾਂ ਕੈਪਟਨ ਸਾਹਿਬ ਦੇ ਕੋਲ ਭੱਜ ਕੇ ਕਿ ਲੋਕਾਂ ਦਾ ਮੁੱਦਾ ਹੱਲ ਕਰੋ,
अपने जेड़े टीचर है अपने डॉक्टर है मुलाजम है इन्हों का हल करो। बिजली की तराई तराई हो रही हल करो। गरीब बेचारे भुखे मर रहे उनका हल करो। लोगों की गल कौन कर रहा है? ये सारे आपकी कुर्सी की लालच विच मतलब किन्ने लालची बंदे हो सकते हैं सिर्फ अपनी लालच देख रहे हैं।